ਕਿਹਾ ਜਾਂਦਾ ਹੈ ਕਿ ਸ਼ੌਂਕ ਦੀ ਕੋਈ ਉਮਰ ਨਹੀਂ ਹੁੰਦੀ, ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਸ਼ੌਂਕ ਕਿਸੇ ਵੀ ਸਮੇਂ ਦੇ ਵਿੱਚ ਪੈਦਾ ਹੋ ਸਕਦਾ ਹੈ, ਸ਼ੌਂਕ ਕਿਸੇ ਵੀ ਉਮਰ ਦੇ ਵਿੱਚ ਪੈਦਾ ਹੋ ਸਕਦਾ ਹੈ ਅਤੇ ਸ਼ੌਂਕ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ। ਹਰ ਕਿਸੇ ਦਾ ਆਪਣਾ ਹੀ ਵੱਖਰਾ ਵੱਖਰਾ ਸ਼ੌਂਕ ਹੁੰਦਾ। ਪਰ ਅੱਜ ਜਿਸ ਕੁੜੀ ਦੇ ਸ਼ੌਂਕ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰਨ ਲੱਗੇ ਹਾਂ, ਇਸ ਸ਼ੌਂਕ ਨੂੰ ਸੁਣਨ ਦੇ ਬਾਅਦ ਤੁਹਾਡੇ ਰੋਂਗਟੇ ਖੜ੍ਹੇ ਹੋ ਜਾਣਗੇ, ਤੁਹਾਡੇ ਲੂਹ ਕੰਡੇ ਜਿਹੜੇ ਨੇ ਖੜ੍ਹੇ ਹੋ ਜਾਣਗੇ, ਕਿਉਂਕਿ ਇਸ ਕੁੜੀ ਨੂੰ ਇੱਕ ਅਜਿਹਾ ਸ਼ੌਂਕ ਹੈ ਜਿਸ ਨੂੰ ਵੇਖ ਕੇ ਲੋਕ ਵੀ ਜਿਹੜੇ ਨੇ ਡਰਨ ਲੱਗ ਪਏ ਨੇ। ਕੀ ਹੈ ਪੂਰਾ ਮਾਮਲਾ, ਆਓ ਤੁਹਾਨੂੰ ਦੱਸਦੇ ਹਾਂ। ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਅਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਪੰਜਾਬ ਟੂ ਪ੍ਰਦੇਸ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਲਓ ਤਾਂ ਜੋ ਸਾਡੇ ਦੁਆਰਾ ਅਪਲੋਡ ਕੀਤੀਆਂ ਜਾ ਰਹੀਆਂ ਹਰ ਇੱਕ ਨਵੀਆਂ ਤਾਜ਼ੀਆਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਤਾਂ ਗੱਲ ਕਰ ਰਹੇ ਸੀ ਆਪਾਂ ਸ਼ੌਂਕ ਦੇ ਬਾਰੇ, ਭਾਵ ਸ਼ੌਂਕ ਜਿਹੜਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ। ਅੱਜ ਦੇ ਸਮੇਂ ਦੇ ਵਿੱਚ ਹਰ ਕਿਸੇ ਦਾ ਵੱਖਰਾ ਵੱਖਰਾ ਹੀ ਸ਼ੌਂਕ ਹੁੰਦਾ। ਪਰ ਇੱਕ ਵੀਡੀਓ ਜਿਹੜੀ ਹੈ ਟਿਕਟੋਕ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਕੁੜੀ ਦੇ ਸ਼ੌਂਕ ਨੂੰ ਵੇਖ ਕੇ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਕੇ, ਦਰਅਸਲ ਇਸ ਕੁੜੀ ਨੇ ਆਪਣੀ ਇੱਕ ਵੀਡੀਓ ਜਿਹੜੀ ਹੈ ਟਿਕਟੋਕ ਦੇ ਉੱਤੇ ਸਾਂਝੀ ਕੀਤੀ ਸੀ। ਅਤੇ ਤੁਸੀਂ ਹੁਣ ਸੋਚੋਗੇ ਕਿ ਵੀਡੀਓ ਦੇ ਵਿੱਚ ਖਾਸ ਹੈ, ਦਰਅਸਲੇ ਕੁੜੀ ਜਦੋਂ ਚੌਮਿਨ ਖਾ ਰਹੀ ਸੀ ਤਾਂ ਚੌਮਿਨ ਖਾਂਦਿਆਂ ਦਾ ਕੁਝ ਅਜਿਹਾ ਨਜ਼ਾਰਾ ਦੇਖਣ ਨੂੰ ਮਿਲ ਜਾਂਦਾ ਹੈ, ਜਿਸ ਤੋਂ ਬਾਅਦ ਲੋਕਾਂ ਦੇ ਮੂੰਹ ਦੇ ਵਿੱਚੋਂ ਸਿਰਫ ਇੱਕੋ ਹੀ ਗੱਲ ਨਿਕਲਦੀ ਸੀ ਕਿ ਆਹ ਕਿਵੇਂ ਹੋ ਸਕਦਾ, ਇਹ ਕੁੜੀ ਹੈ ਜਾਂ ਫਿਰ ਸੱਪ। ਲੋਕਾਂ ਦੇ ਮੂੰਹੋਂ ਸਿਰਫ ਇਹੀ ਸਵਾਲ ਨਿਕਲ ਰਿਹਾ ਸੀ ਕਿ ਅਸਲ ਦੇ ਵਿੱਚ ਇਹ ਕੁੜੀ ਹੈ ਜਾਂ ਫਿਰ ਇਹ ਕੋਈ ਸੱਪ ਹੈ, ਕਿਉਂਕਿ ਜਦੋਂ ਇਹ ਕੁੜੀ ਚੌਮਿਨ ਖਾਣ ਲੱਗਦੀ ਹੈ ਤਾਂ ਇਸਦੀਆਂ ਦੋ ਜੀਭਾਂ ਬਾਹਰ ਨਿਕਲ ਆਉਂਦੀਆਂ। ਦੋ ਜੀਭਾਂ ਵੇਖ ਕੇ ਲੋਕ ਬੜੇ ਹੈਰਾਨ ਹੁੰਦੇ ਆ ਅਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਨ ਲੱਗਦੇ ਆ। ਪਰ ਜਦੋਂ ਇਸ ਕੁੜੀ ਬਾਰੇ ਸਰਚ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਸ ਕੁੜੀ ਨੂੰ ਸ਼ੌਂਕ ਸੀ ਕਿ ਉਸਦੀ ਜੀਭ ਵੀ ਸੱਪ ਦੀ ਤਰ੍ਹਾਂ ਹੋਵੇ। ਦੇਖੋ ਕਿਵੇਂ ਵੱਖਰਾ ਜਿਹਾ ਇਸ ਕੁੜੀ ਦਾ ਸ਼ੌਂਕ ਹੈ, ਸੱਪ ਦੀ ਜੀਭ ਚਾਹੁੰਦੀ ਸੀ ਇਹ ਕੁੜੀ, ਜਿਸ ਕਰਕੇ ਇਸ ਕੁੜੀ ਦੇ ਵੱਲੋਂ ਸਰਜਰੀ ਕਰਾ ਕੇ, ਓਪਰੇਸ਼ਨ ਕਰਾ ਕੇ ਆਪਣੀ ਜੀਭ ਨੂੰ ਸੱਪ ਵਰਗਾ ਬਣਾ ਲਿਆ ਗਿਆ। ਭਾਵ ਜਿਵੇਂ ਸੱਪ ਦੀਆਂ ਦੋ ਜੀਭਾਂ ਹੁੰਦੀਆਂ, ਹਾਲਾਂਕਿ ਜੀਭ ਤਾਂ ਚਾਹੇ ਇੱਕ ਹੋਏਗੀ ਪਰ ਉਸਦੇ ਦੋ ਹਿੱਸੇ ਹੁੰਦੇ ਆ, ਉਸੇ ਤਰ੍ਹਾਂ ਇਹ ਕੁੜੀ ਵੀ ਚਾਹੁੰਦੀ ਸੀ ਕਿ ਇਸਦੀ ਜੀਭ ਦੇ ਦੋ ਹਿੱਸੇ ਹੋਣ, ਜਿਸ ਕਰਕੇ ਇਸ ਕੁੜੀ ਨੇ ਆਪਣੀ ਜੀਭ ਦੇ ਦੋ ਹਿੱਸੇ ਕਰਵਾ ਲਏ ਅਤੇ ਇਸ ਤੋਂ ਬਾਅਦ ਇਹ ਵੀਡੀਓ ਜਿਹੜੀ ਹੈ ਟਿਕਟੋਕ ਦੇ ਉੱਪਰ ਖੂਬ ਤੇਜ਼ੀ ਦੇ ਨਾਲ ਵਾਇਰਲ ਹੋਈ, ਜਿਸਦਾ ਸੇਕ ਜਿਹੜਾ ਇੰਡੀਆ ਤੱਕ ਵੀ ਪਹੁੰਚਦਾ ਹੋਇਆ ਹੁਣ ਨਜ਼ਰ ਆ ਰਿਹਾ। ਇਸ ਕੁੜੀ ਦੀ ਵੀਡੀਓ ਨੂੰ ਵੇਖਣ ਦੇ ਬਾਅਦ ਹਰ ਕੋਈ ਜਿਹੜਾ ਹੈਰਾਨ ਹੋ ਰਿਹਾ ਕਿ ਇਹ ਸੱਪ ਕਿਵੇਂ ਬਣ ਸਕਦੀ ਹੈ ਅਤੇ ਅਜਿਹਾ ਸ਼ੌਂਕ ਕੋਈ ਕਿਵੇਂ ਪਾਲ ਸਕਦਾ। ਬਾਕੀ ਸ਼ੌਂਕ ਦਾ ਨਾ ਤਾਂ ਕੋਈ ਜਿਹੜਾ ਸਮਾਂ ਹੁੰਦਾ, ਨਾ ਕੋਈ ਉਮਰ ਹੁੰਦੀ ਹੈ ਅਤੇ ਨਾ ਹੀ ਸ਼ੌਂਕ ਦਾ ਪਤਾ ਹੁੰਦਾ ਕਿ ਉਹ ਕਿਹੋ ਜਿਹਾ ਸ਼ੌਂਕ ਹੈ। ਬਾਕੀ ਇਸ ਕੁੜੀ ਦਾ ਜਿਹੜਾ ਵੀ ਸ਼ੌਂਕ ਹੈ ਤੁਹਾਡੇ ਉਸ ਬਾਰੇ ਕੀ ਵਿਚਾਰ ਨੇ, ਕਮੈਂਟਾਂ 'ਚ ਆਪਣੇ ਵਿਚਾਰਾਂ ਨੂੰ ਜ਼ਰੂਰ ਸਾਂਝੇ ਕਰੋ। ਨਾਲ ਹੀ ਦੱਸਿਓ ਕਿ ਤੁਹਾਡਾ ਵੀ ਕਦੇ ਅਜਿਹਾ ਸ਼ੌਂਕ ਕੋਈ ਹੋ ਸਕਦਾ, ਜੇਕਰ ਹੋ ਸਕਦਾ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਨਾਲ ਹੀ ਇਸ ਕੁੜੀ ਦੇ ਸ਼ੌਂਕ ਬਾਰੇ ਤੁਹਾਡੇ ਕੀ ਵਿਚਾਰ ਨੇ, ਇਸ ਬਾਰੇ ਵੀ ਕਮੈਂਟਾਂ ਦੇ ਵਿੱਚ ਆਪਣੀ ਆਪਣੀ ਸਾਂਝ ਜ਼ਰੂਰ ਪਾਇਓ।